ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਸਵਾਗਤ ਹੈ ਆਪਣੇ 파ਰਮੀ ਬਲੌਗ ਚੈਨਲ ਦੇ ਉੱਪਰ ਤੇ ਅੱਜ ਆਪਾਂ ਗੱਲ ਕਰਦੇ ਆ ਆਪਣੇ ਟਰੈਕਟਰ ਦੇ ਉੱਪਰ ਜਿਹੜੀ ਆਪਾਂ ਅਪਗ੍ਰੇਡ ਕਰੀ ਸੀਗੀ ਟਰਬੋ ਤੇ ਆਪਾਂ ਇਹਦੇ ਬਾਰੇ ਦੱਸਦੇ ਆ ਵੀ ਆਪਾਂ ਕਿੱਥੋਂ ਲੈਂਦੀ ਤੇ ਕਿੰਨੇ ਨੰਬਰ ਟਰਬੋ ਆਏ ਕਿਵੇਂ ਕਿਵੇਂ ਫੀਟਿੰਗ ਹੋਈ ਹੈ ਤੇ ਕਿਵੇਂ ਕਿਵੇਂ ਸਾਰਾ ਐਡਜਸਟੇਬਲ ਹੋਇਆ ਆਪਣੀ ਟਰਬੋ ਤੇ ਕੀ ਪਾਵਰ ਹੈ ਇਹ ਦੀ ਤੁਸੀਂ ਸਾਰੇ ਬਲੌਗ ਪਿੱਛੇ ਦੇਖੀ ਹੋਣਗੇ ਜਿਹੜੇ ਨਾ ਮੈਂ ਵੀਰ ਭਰਾ ਚੈਨਲ ਤੇ ਆਹ ਵੀਡੀਓ ਦੇਖਦੇ ਆ ਤੇ ਇਹ ਦੀ ਜਿਹੜੀ ਪਾਵਰ ਦੇਖਿਆ ਪਿੱਛੇ ਬਲੌਗ ਜਿਵੇਂ ਆਪਾਂ ਪਾਈਆਂ ਨੇ 15 ਹਾਲਾਂ ਤੇ ਵੀ 13 ਹਾਲਾਂ ਤੇ ਵੀ ਬਾਕੀ ਹੁਣ ਆਪਾਂ ਤਵੀਆਂ ਦੇ ਚੈੱਕ ਆ ਕੇ ਦੇਖਾਂਗੇ ਕਦ ਦਿਨ ਤੱਕਾਂ ਕਿਉਂਕਿ ਮੀਮੂ ਪੈਣ ਕਰਕੇ ਜ਼ਮੀਨ ਗਿੱਲੀ ਆ ਤੇ ਆਜੋ ਆਪਾਂ ਟਰਬੋ ਬਾਰੇ ਗੱਲਬਾਤ ਕਰਦੇ ਆ ਕਿਵੇਂ ਕਿਵੇਂ ਫਿਟਿੰਗ ਹੋਈ Ориਜినਲ ਤਰੀਕੇ ਨਾਲ ਕਿੱਥੋ-ਕਿੱਥੋ ਟਰਬੋ ਦਾ ਸਾਰਾ ਸਮਾਨ ਮਿਲਦਾ ਆਜੋ ਤੇ ਹੁਣ ਤੁਹਾਨੂੰ ਆਪਾਂ ਦੱਸ ਦਿਆਂ ਟਰਬੋ ਬਾਰੇ ਜੀ ਪਹਿਲਾਂ ਆਪਾਂ ਟਰਬੋ ਵੀਰੇ ਲੈ ਕੇ ਆਂਦੇ ਸੀਗੀਆਂ ਪਟਿਆਲੇ ਤੋਂ ਤੇ ਪਟਿਆਲੇ ਤੋਂ ਲਿਆਂਦੀ ਆਪਾਂ 25 ਨੰਬਰ ਟਰਬੋ ਟਿਲ ਦੀ ਕੋਈ ਜਰ ਤੇਲ ਚੱਕ ਗਈ ਉਸ ਦਿਵਾਰ ਮੈਂ ਦੁਬਾਰੇ ਫੇਰ ਮੈਂ ਬਦਲ ਕੇ ਲੈ ਕੇ ਆਂਦੀ ਉਹਨਾਂ ਨੇ 15 ਦਿਨਾਂ ਦੀ ਦਿੱਤੀ ਸੀਗੀ ਗਾਰੰਟੀ ਤੇ ਇਹ ਦਵਾਰੇ ਮੈਂ ਫੇਰ ਬਦਲ ਕੇ ਲੈ ਕੇ ਆਂਦੀ ਤਾਂ ਉਹ ਫੇਰ ਮੇਰੀ ਟਰਬੋ ਤੇਲ ਜੱਕ ਗਈ ਟੈਸਟਿੰਗ ਵੀ ਨਹੀਂ ਕਰੀ ਸੀ ਜਸਟ ਮੈਂ ਮੈਸਟਰੀ ਤੋਂ ਫਿੱਟ ਕਰੀ ਮੈਂ ਘਰੇ ਲੈ ਕੇ ਆਏ ਤੇ ਅਗਲੇ ਦਿਨ ਫੇਰ ਥੋੜਾ ਜਿਹਾ ਰਹਿੰਦੀ ਫਿੱਟ ਕਰਨ ਵਾਲੀ ਤੋਂ ਮੈਂ ਦੇਖੀ ਤੇਲ ਮਾਰਦੀ ਸੀਗੀ ਤੇ ਫੇਰ ਮੈਂ ਉਹਨੂੰ ਕਿਹਾ ਵੀ ਮੈਨੂੰ ਕੋਈ ਹੋਰ ਹਾ ਉਹਦੀ ਹਾਲ ਜੱਟ ਦੀ ਦੇ ਦੋ ਟਰਬੋ ਉਹਨਾਂ ਕੋਲ ਮਿਲੀ ਨਹੀਂ ਕੋਈ ਵਧੀਆ ਟਰਬੋ ਢਿੱਲ ਵਾਲੀ ਸੀਗੀਆਂ ਵਿੱਚ ਉਹਦੇ ਬੋਸ ਦੇ ਢਿੱਲ ਸੀਗੀ ਫੇਰ ਮੈਂ ਉਹਨਾਂ ਤੋਂ ਪੈਸੇ ਮੜਵਾ ਕੇ ਫੇਰ ਮੈਂ ਜੀਐਸ ਟਰਬੋ ਵਾਲੇ ਮੋਗੇ ਆ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਨਹੀਂ ਇੰਸਟਾਗ੍ਰam ਤੇ ਪੇਜ ਸਰਚ ਕਰ ਲਿਓ ਤੇ ਫਿਰ ਉਹ ਵੀਰ ਨਾਲ ਮੈਂ ਗੱਲ ਕਰੀ ਵੀ ਆਪਾਂ ਨੂੰ 55 ਨੰਬਰ ਟਰਬੋ ਕਿੰਨੇ ਦੀ ਮਿਲ ਜੂ ਉਹ ਕਹਿੰਦਾ ਵੀ ਇਹ ਨਵੀਂ ਹੈਗੀ ਆ 28000 ਦੀ ਤੇ ਪੁਰਾਣੀ ਹੈਗੀ ਆ 18000 ਦੀ ਵੀ ਸੈਕਨ ਹੈਂਡ ਟਰਬੋ ਇਹ ਸਾਰੇ ਕੁਝ ਹੋਈ ਹੋਈ ਸਿਰਫ ਟਰੈਕਟਰ ਤੇ ਮਾੜੀ ਮੋਟੀ ਸਾਲ ਢੇੜ ਸਾਲ ਕੁਝ ਇੰਨਾ ਕੁ ਟਾਈਮ ਚੱਲੀ ਹੁੰਦੀ ਹੈ ਟਰਬੋ ਤੇ ਬਾਕੀ ਕਹਿੰਦਾ ਵੀ ਟਰਬੋ ਮੋਡੀਫਿਕੇਸ਼ਨ ਹੋਈ ਹੋਈ ਸਾਰੀ ਇਹ ਪਾਵਰ ਜਨ ਦੀ 68 ਪਾਵਰ 68 ਨੰਬਰ ਟਰਬੋ ਜਿੰਨਾ ਜ਼ੋਰ ਮਾਰੂਗੀ ਤੇ ਫੇਰ ਆਪਾਂ ਉਹ ਬਾਈ ਨਾਲ ਗੱਲਬਾਤ ਕਰੀ ਜੀਐਸ ਵਾਲੇ ਨਾਲ ਫੇਰ ਆਪਾਂ 55 ਨੰਬਰ ਟਰਬੋ ਆਪਾਂ ਟੈਲ ਦੀ ਟਰਬੋ ਜੀ 55 ਟਰਬੋ ਤੇ ਸੱਪ ਫੇਰਾ ਆਪਾਂ ਲਿਆ ਕੇ ਤੇ ਲਾਤੀ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਆ ਫੀਟਿੰਗ ਦੀ ਤੇ ਜਿਹੜੇ ਆਪਣੇ ਆਹਾ ਮੈਨੂੰ ਜੀ ਪਟਿਆਲੇ ਕੁਆਰਚੋਂ ਮੈਂ ਪੁੱਛਿਆ ਸੀ ਮੈਨੂੰ ਉੱਥੇ ਜਿਹੜੀਆਂ ਵੀ ਦੁਕਾਨਾਂ ਸੀਗੀਆਂ ਸਫੇਰ ਪਾਰਟ ਵਾਲੀਆਂ ਮਤਲਬ ਉਹ ਤਾਂ ਮਿਲੀਆਂ ਨਹੀਂ ਉਥੋਂ ਮਿਲਿਆ ਨਹੀਂ ਮਤਲਬ ਉਹ ਸਮਾਨ ਤੇ ਉਸ ਤੋਂ ਬਾਅਦ ਜਨਾ ਜੀ ਤੇ ਬਾਕੀ ਹੋਰ ਮੈਂ ਪਟਿਆਲਾ ਦੇ ਅੰਦਰ ਕਿਤੇ ਮੈਨੂੰ ਪਤਾ ਕਰੇ ਨਹੀਂ ਸਾਨੂੰ 100 ਕਿਲੋਮੀਟਰ ਪੈਂਦਾ ਪਟਿਆਲਾ ਤਾਂ ਕਰ ਕਿਉਂ ਬਾਹਲਾ ਅੰਦਰ ਗਿਆ ਨਹੀਂ ਤੇ ਆ ਜੀ ਫਿਰ ਮੈਂ ਲਿਆਂਦੇ ਲੁਧਿਆਣੇ ਉਹ ਜੀ ਐਨਈ ਕੋਲ ਜਿਹਦੇ ਕੋਲ ਜੀ ਬੱਗੇ ਦੀ ਦੁਕਾਨ ਆ ਇੱਕ ਦੋ ਦੁਕਾਨਾਂ ਉੱਥੇ ਹੋਰ ਨੇ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਜਿਨੇ ਮੇਰੇ ਭਰਾ ਨੇ ਕੋਈ ਇਸ ਤਰ੍ਹਾਂ ਹਾਸ ਪੈਪ ਟਾਰਬੋ ਵਾਲੇ ਪੈਪੇ ਚੱਲਣਾ ਇੱਥੇ ਜੇ ਆਪਾਂ ਜਿਹੜੇ ਕਾਲੇ ਪੈਪ ਵੀਰੇ ਲਾ ਦਨੇ ਆਪਾਂ ਵੀ ਉਹ ਟਾਰਬੋ ਤੇ ਚੱਲਣੇ ਨਹੀਂ ਉਹ ਜਦੀ ਉਹਨੇ ਯਾਰ ਇਕੱਠੇ ਕਰ ਦੇਣੇ ਟਾਰਬੋ ਨੇ ਠੀਕ ਆ ਤੇ ਤਾਂ ਕਰਕੇ ਆਪਾਂ ਲਿਆਂਦੇ ਲੁਧਿਆਣੇ ਤੇ ਇਹ ਆਪਾਂ ਨੂੰ ਪਾਈਪ ਆ ਜਿਹੜਾ ਇਹ ਵੈਂਡ ਵਾਲਾ ਪਾਈਪ ਆ ਇਹ ਆਪਾਂ ਨੂੰ 1500 ਦਾ ਪਿਆ ਤੇ ਜਿਹੜਾ ਛੋਟਾ ਪਾਈਪ ਆ ਇਹ ਆਪਾਂ ਨੂੰ ਪਿਆ 200 ਰੁਪਏ ਦਾ ਤੇ ਉਹ ਵੀ 500 ਦਾ ਪਿਆ ਇਹ ਤਿੰਨੇ ਆਪਾਂ ਨੂੰ 1200 ਦਾ ਆ ਤੇ ਬਾਕੀ ਆਪਾਂ ਜਿਹੜੇ ਆ ਉਹਦੇ ਅਲੂਮੀਨੀਅਮ ਦੇ ਪਾਈਪ ਨੇ ਇਹ ਤਾਂ ਆਮ ਆਪਾਂ ਦੁਕਾਨਾਂ ਤੋਂ ਮੋਰੇ ਜਿਹੜੇ ਆਪਾਂ ਘਰੇ ਫੇਰੇ ਫੀਟਿੰਗ ਫੂਟਿੰਗ ਕਰਦੇ ਆ ਬਾਜ਼ਾਰ ਚੋਂ ਮਿਲ ਜਾਂਦੇ ਆ ਠੀਕ ਆ ਤੇ ਇੱਥੇ ਆਪਾਂ ਹੌਸ ਪਾਈਪਾ ਤਾਂ ਪੱਲਿਆ ਕੇ ਰਬੜ ਦਾ ਨਾਲਾ ਟਰਬੋ ਆ ਤੇ ਉਦੋਂ ਬਾਅਦ ਆਪਾਂ ਇੰਨਾ ਸਟੀਲ ਦਾ ਪਾਈਪ ਵਿੱਚ ਪਾਤਾ ਇਹਦੇ ਇਹਦੇ ਆਪਾਂ ਨਾ 1.5 ਇੰਚ ਜਾਂ 2-2 ਇੰਚ ਚੜਾ ਕਰਤਾ। ਉਹਦਾ ਕਿਹਦਾ ਚੜਾ ਕਰ ਆਪਾਂ ਕਲੰਪ ਲਿਆਂਦਾ ਇਹ ਵੀ ਆਪਾਂ ਕਲੰਪ ਨਾ ਵੀਰੇ ਪਟਿਆਣੋਂ ਲਿਆਂਦੇ ਸਾਨੂੰ ਇਹ 80 ਰੁਪਿਆ ਦਾ ਕਲੰਪ ਦਿੱਤਾ ਸੀ ਉਹਨਾਂ ਨੇ ਦਿੱਲੀ ਵਾਲੇ ਦੀ ਦੁਕਾਨਾ ਉੱਥੇ। ਬਾਕੀ ਬਾਜ਼ਾਰ ਚੋਂ 10-20 ਰੁਪਏ ਮਹਿੰਗੇ ਮਿਲਦੇ ਨੇ ਸਸਤੇ ਮਿਲਦੇ ਉਹ ਆਪਾਂ ਕਹਿ ਨਹੀਂ ਸਕਦੇ ਤੇ ਉਦੋਂ ਬਾਅਦ ਆਪਾਂ ਇਹ ਬੈਂਡ ਐਵੇਂ ਕਰਤਾ ਤੇ ਉਦੋਂ ਆ ਜਿਹੜੀ ਆ ਚੀਜ਼ ਆ ਇਹ ਐਲਬੋ ਆ ਇਹ ਹੈਗੇ 2 ਇੰਚ ਦੀ ਇਹ ਟੂਟੀਆਂ ਵਾਲੀ ਦੁਕਾਨ ਜਾਂ ਪਾਈਪ ਵਾਲੀ ਜਿਹੜੀਆਂ ਲੰਬਰ ਦਾ ਸਬਾਨ ਜੀ ਤੋਂ ਸਾਰਾ ਮਿਲਦਾ ਹੈਗਾ ਇਹ ਉੱਥੋਂ ਮਿਲ ਜਾਂਦੀ ਹੈ 2 ਇੰਚ ਹੀ ਐਲ ਹੋ ਗਿਆ ਕੇ ਲੈ ਲਿਓ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੇ ਆਪਾਂ ਨਾ ਥੱਲੇ ਮਤਲਬ ਬਿਲਡਿੰਗ ਕਰੀਆ ਆਹ ਛਾਲੀ ਪੱਠੀ ਨਾਲ ਇਹ ਛਾਲੀ ਪੱਠੀ ਇਹ ਟਰੈਕਟਰ ਦੀ ਨਹੀਂ ਹੈਗੀ ਇਹ ਆਪਾਂ ਇਹਦੀ ਪੱਠੀ ਲਾਤੀ ਸੀ ਇਹ ਆਪਾਂ ਨਾ ਪਟਿਆਲੋ ਲੈ ਆਂਦੀ ਸੀਗੀ ਕਵਾੜ ਚੋਂ ਕਿਉਂਕਿ ਮਹੱਕਾ ਨੂੰ ਆਪਦੀ ਟਰੈਕਟਰ ਦੀ ਪੱਠੀ ਪੱਠੀ ਹਾਂ ਰੇ ਇਹਨਾਂ ਪੱਠੀ ਜੀ ਮਤਲਬ ਗਲੀ ਕਾਹਨੂੰ ਕੱਢਣੀ ਆ ਫਿਰ ਮੈਂ ਇਹਦੇ ਵਿੱਚ ਮੈਂ ਗਲੀ ਜਿ ਕਲੀ ਕੱਢ ਕੇ 2 ਇੰਚੀ ਇਹਦੇ ਉੱਪਰ ਆਪਾਂ 2 ਇੰਚੀ ਪੈ ਬੈਲਡਿੰਗ ਕਰਤਾ 2 ਇੰਚੀ ਪੈ ਬੈਲਡਿੰਗ ਕਰਨ ਤੋਂ ਬਾਅਦ ਫਿਰ ਆਪਾਂ ਇਹਦੇ ਉੱਪਰ ਪੈ ਲੂ ਫਿਟ ਕਰਤੀ ਉਹਦੇ ਤੱਕ ਇਸ ਤੱਕ ਚੱਲ ਗਈ ਆ ਲਵੋ ਜਿਹੜੀਆਂ ਜਿਹੜੀਆਂ ਮੂਰੇ ਚੂੜੀਆਂ ਰਹਿ ਗਈਆਂ ਉਹ ਆਪਾਂ ਚੂੜੀਆਂ ਵਾਲਾ ਸਾਰਾ ਪਾਰਟ ਵੱਡਤਾ ਬਾਮਗਰ ਮਗਰ ਰੱਖ ਲੈ ਨਾਲ ਉਹ ਉਹਦੇ ਤੱਕ ਠੀਕ ਨਾਲ ਚੜਾ ਵਧੀਆ ਰਹਿ ਗਿਆ ਇਹ ਤਾਂ ਹੀ ਹੋ ਗਈ ਆਪਣੀ ਸਾਰੀ ਫਿਟਿੰਗ ਇਹ ਆਪਾਂ ਨੂੰ ਲੀਕੇਜ ਨਹੀਂ ਹੋਣੀ ਚਾਹੀਦੀ ਸਾਰੀ ਠੀਕ ਆ ਭੂਰਾ ਵੀ ਸਾਰੀ ਹ ਇਟਰ ਨੂੰ ਕਰਨੀ ਚਾਹੀਦੀ ਆ ਤੇ ਉਸ ਤੋਂ ਬਾਅਦ ਜਿਹੜਾ ਇੱਕ ਕੈਮਰਾਮੈਨ ਵੀ ਉਹਨੂੰ ਦਿਖਾ ਦਿੰਦਾ ਵੀ ਇੱਧਰ ਅੱਗੇ ਦਿਖਾ ਦਵੇ ਵੀ ਜਿਹੜਾ ਆਪਣਾ ਉਹਰੇ ਸ਼ਰਾਖ ਹੁੰਦਾਗਾ ਉਹਦੇ ਉੱਪਰ ਆਪਾਂ ਟਿੱਕੀ ਲੋਹੇ ਦੀ ਕੱਟ ਲਈ ਟਿੱਕੀ ਲੋਹੇ ਦੀ ਕੱਟ ਕੇ ਜੈਨ ਪਾ ਕੇ ਆਪਾਂ ਇਹ ਜਮਾ ਬੰਦ ਕਰਤਾ ਬੰਦ ਕਰਨ ਤੋਂ ਬਾਅਦ ਆਪਾਂ ਉੱਤੇ ਸਟੱਡ ਲਾਤੇ ਠੀਕ ਆ ਸਟੱਡ ਲਾਉਣ ਤੋਂ ਬਾਅਦ ਜਮਾ ਹੁਣ ਇੱਥੋਂ ਨਹੀਂ ਜਮਾ ਲੀਕ ਨਹੀਂ ਹੁੰਦੀ ਹਵਾ ਬਸ ਇੱਧਾ ਇਹੀ ਇੱਥੋਂ ਹੀ ਬੂਸਟ ਆਉਂਦੀ ਸਾਰੀ ਤੇ ਹੁਣ ਆਪਾਂ ਗੱਲ ਕਰਦੇ ਆ ਇਹਦੀ ਉੱਥੇ ਆਪਾਂ ਬੰਡ ਪਾਤਾ ਉਹੀ ਬੰਡ ਪਾਉਣ ਤੋਂ ਬਾਅਦ ਇੰਨਾ ਕ ਆਪਾਂ ਅਲਮੀਨੀਅਮ ਦਾ ਟੋਟਾ ਵਿੱਚ ਫਿੱਟ ਕਰਤਾ ਇੱਥੋਂ ਆਪਾਂ 2 ਇੰਚ ਹੀ ਪਾਇਆ ਪਾਜੀ ਇਹ ਆਪਣਾ ਠੀਕ ਹੈ ਜੀ ਕਿਉਂਕਿ ਟੈਲਰ ਦੀ ਟਰਬੋ ਜਿਹੜੀ ਹੈ ਉਹਨੂੰ 2 ਇੰਚ ਹੀ ਲੱਗਦਾਗਾ ਜਿਹੜੀਆਂ ਹਾਲ ਸੈਟ ਦੀਆਂ ਟਰਬੋਆਂ ਨੇ ਜਾਂ ਹੋਰ ਨੇ ਉਹਨਾਂ ਨੂੰ ਥੋੜਾ ਮਿਲਦਾ ਸਹਿਜ 2 ਸਵਾ 2 ਇੰਚ ਜਾਂ 2.5 ਇੰਚ ਉਹਨਾਂ ਦਾ ਸਾਈਜ਼ ਬੋਰ ਹੁੰਦਾਗਾ ਤੇ ਹੁਣ ਆਪਾਂ ਇਹਦੀ ਗੱਲ ਕਰਦੇ ਆਂ ਇਹ ਆਪ 2 ਇੰਚ ਹੀ ਲਿਆ ਕੇ ਪਾਇਆ ਹੋਰ ਇਹਦਾ ਕਲਾਦਾ ਇਹ ਦੋਹਾਂ ਆਪਾਂ ਅਲਮੀਨੀਅਮ ਦੀ ਬੰਡ ਵੈਲਡਿੰਗ ਕਰਤੀ ਇਹ ਮੇਰੇ ਉੱਪਰ ਸਪਰੇਅ ਮਾਰੀ ਤੇ ਉਦੋਂ ਆ ਫੇਰ ਆਪਾਂ ਇੱਥੋਂ ਥੱਲੇ ਤੱਕ ਆਪਾਂ 4 ਇੰਚੀ ਫੇਰ ਆਪਾਂ ਇਹਦੇ ਮਤਲਬ ਸਟੀਲ ਦਾ ਪਾਇਪ ਬਿਲਡਿੰਗ ਕਰਤਾ ਉਦੋਂ ਆ ਬਿਲਡਿੰਗ ਕਰਨ ਤੋਂ ਬਾਅਦ ਸਟੀਲ ਦਾ ਪਾਇਪ ਆ ਦੇਖੋ ਇੱਥੇ ਦੀ ਨੂੰ ਤੁਹਾਨੂੰ ਰੋਂ ਤੋਂ ਲੈ ਕੇ ਇੱਥੇ ਤੱਕ ਸਟੀਲ ਦਾ ਪਾਇਪ ਬਿਲਡਿੰਗ ਕਰਤਾ ਉਦੋਂ ਆ ਇੱਥੋਂ ਫੇਰ ਆਪਾਂ ਐਲਬੋ ਬਿਲਡਿੰਗ ਕਰਤੀ ਇੱਥੇ ਤੱਕ ਬਿਲਡਿੰਗ ਕਰ ਦੋ ਬਾਅਦ ਐਲਬੋ ਤੋਂ ਮੂਰੇ ਆਪਾਂ ਫੇਰ 2 ਇੰਚੀ ਦਾ ਪਾਇਪ ਬਿਲਡਿੰਗ ਕਰਤਾ ਵੀ ਇਸ ਤੱਕ ਚੜਾ ਲਵੇ ਤੇ ਆਹ ਜਿਹੜਾ ਪਾਇਪ ਆ ਇਹ ਮੈਂ ਉਥੋਂ ਪਟਿਆਣੋਂ ਹੀ ਲਿਆਂਦੀ ਇਹ ਵੀ ਤੁਸੀਂ ਨਾ ਹਾਰਡ ਵਧੀਆ ਲੈ ਕੇ ਆਉਣਾ ਸਪਰਿੰਗ ਵਾਲਾ ਆ ਦੇਖੋ ਵਿੱਚ ਮੋਚਦਾ ਨਹੀਂ ਮਰਜੀ ਜੋਰ ਲਾਈ ਜਾਇਓ ਇੱਧਰ ਹੁੰਦਾ ਇਹਦਾ 에ਅਰ ਸਿਲੰਡਰ ਦਾ ਸਾਈਜ਼ ਸਵਾ ਦੋ ਇੰਚ ਜਾਂ ਢਾਈ ਇੰਚ ਹੈ ਇੱਧਰ ਹੀ ਸਾਈਡ ਹੈ ਇਹਦਾ ਸਾਈਜ਼ ਪੂਰਾ ਉਹਨਾ ਹੀ ਖੁੱਲਾ ਸੀਗਾ ਇਹ ਮੋਹਰੋ ਮੋਹਰੋ ਜਿੰਨਾ ਕਿ ਸਾਈਜ਼ ਇੰਨਾ ਸਿਰੇ ਆ ਕੇ ਮਤਲਬ ਖੁੱਲਦਾ ਹੁੰਦਾ ਸਾਈਜ਼ ਉਹਨਾ ਮੈਂ ਵੱਡ ਦਿੱਤਾ ਸੀ ਬਾਕੀ ਜਿਹੜਾ ਮਗਰੋਂ ਵੀ ਮਾ ਦੇਖੋ ਇੱਥੇ ਬਰੀਕ ਆ ਇੱਥੇ ਮੋਟਾਗਾ ਇੰਨਾ ਕਿ ਮੈਂ ਵੱਡ ਕੇ ਬਾਕੀ ਉੱਤੇ ਪਾਈਪ ਦਾ ਝੜਾਤਾ ਇਹ ਕਲੈਂਪ ਕੱਸਤਾ ਸੀਗਾ ਤੇ ਕੱਸਤਾ ਸੀਗਾ ਤੇ ਉਦੋਂ ਆਪਾਂ ਨੇ 에ਅਰ ਸਿਲੰਡਰ ਵੀ ਇਹਦਾ ਯਾਰ ਛੋਟਾ ਲੱਗਿਆ ਹੋਇਆ ਇਗਾ ਕਿਉਂਕਿ ਇਹ ਟਰਬੋ ਨੂੰ ਇੱਕ ਸਿਲੰਡਰ 에ਅਰ ਸਿਲੰਡਰ ਚੱਲਦਾ ਨਹੀਂ ਹੈਗਾ ਇਹ ਹੈਗਾ ਛੋਟਾ ਕਿਉਂਕਿ ਟਰਬੋ ਨੂੰ ਬੂਸਟ ਜ਼ਿਆਦਾ ਚਾਹੀਦੀ ਹੁੰਦੀ ਹੈ ਕਿਉਂਕਿ ਮੋਡੀਫਿਕੇਸ਼ਨ ਕਰੀ ਕਰਕੇ ਉਹਦੀ ਹਵਾ ਵਾਲੀ ਆ ਪ੍ਰੈਸ਼ਰ ਵਾਲਾ ਤਾਂ ਤਾਂ ਕਰਕੇ ਉਹਨੂੰ ਇੰਨਾ ਇਧਰੋਂ ਪ੍ਰੈਸ਼ਰ ਮਿਲਦਾ ਨਹੀਂ ਇਹਦੇ ਸਿਲੰਡਰ ਹੈਗਾ ਛੋਟਾ ਆਪਾਂ ਲਿਆ ਕੇ ਵੱਡਾ ਲਾਉਣਾ 37 32 ਵਾਲਾ 8 ਇੰਚ ਇਹ 6 ਇੰਚ ਆ 8 ਇੰਚ ਵਾਲਾ ਲਿਆ ਕੇ ਉਹੀ ਵਧੀਆ ਰਹਿੰਦਾ ਨਾਲ ਟਰਟਰ ਨੂੰ ਹਵਾ ਵਧੀਆ ਮਿਲਦੀ ਨਾਲ ਬੂਸਟ ਪੂਰੀ ਮਿਲਦੀ ਆ ਤੇ ਉਦੋਂ ਆਪਾਂ ਗੱਲ ਕਰਦੇ ਆ ਵੀਰੇ ਸਪਲਾਈ ਦੀ ਤੇ ਇੱਥੋਂ ਆਪਾਂ ਨੂੰ ਟਰਬੋ ਦੀ ਸਪਲਾਈ ਦਿੱਤੀ ਜਾਂਦੀ ਆ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹਿਣਾ ਵੀ ਉੱਥੇ ਰੱਖ ਦੇ। ਇਹ ਉਹ 14 ਨੰਬਰ ਦਾ ਜਾਂ 15 ਨੰਬਰ ਦਾ ਇਹ 20 ਵੋਲਟ ਆ ਮਿਲ ਜਾਂਦਾ ਜੀ ਤੇ ਜਿਹੜੀ ਆ ਆਹ ਪਾਈਪ ਆ ਸਪਲਾਈ ਵਾਲੀ ਤੇਲ ਵਾਲੀ ਇਹ ਨਾ ਫੋਰਡ ਨੂੰ ਆਉਂਦੀ ਹੈ ਜੀ। ਇਹ ਆਪਾਂ ਫੋਰਡ ਦੀ ਗੱਲ ਕਿ ਆਪਾਂ ਲੈ ਸਕਦੇ ਹਾਂ ਕਿਉਂਕਿ ਇਹ ਲੰਬੀ ਹੁੰਦੀ ਆ ਤੇ ਇਹ ਆਪਾਂ ਉਧਰ ਤੁਹਾਨੂੰ ਦਿਖਾ ਦਨੇ ਆ ਵੀ ਸਪਲਾਈ ਕਿਧਰੋਂ ਲੱਗਦੀ ਹੈ ਕਿਧਰੋਂ ਨਹੀਂ ਲੱਗਦੀ। ਠੀਕ ਆ ਇਹ ਆਪਾਂ ਉਹ ਸਪਲਾਈ ਲਾ ਦਨੇ ਆ ਇਹਦੇ ਵਿੱਚ ਆਪਾਂ ਰਬੜਾ ਪਾ ਦਨੇ ਆ ਰਬੜ ਵਾਲੀ ਬਾਸਲ ਪਾ ਦਨੇ ਆ ਇੱਕ ਉੱਪਰ ਇੱਕ ਥੱਲੇ। ਉਦੋਂ ਆ ਇਹਦਾ ਤੇਲ ਥੱਲੇ ਡੈਕਦਾ ਹੁੰਦਾ ਟਰਬੋ ਦਾ। ਆ ਇਹਦਾ ਤੇਲ ਇੱਥੇ ਰੱਖਦਾ ਹੁੰਦਾ ਜਿਹੜੀ ਉਹ ਪੈਪ ਜਾਂਦੀ ਹੈ ਕਾਲੀ ਆਹ ਪੈਪ ਜਾਂਦੀ ਹੈ ਕਾਲੀ ਠੀਕ ਹੈ ਜੀ ਤੇ ਇਹਦੇ ਜੇ ਆਪਾਂ ਇਹ ਪੂਰੀ ਪੈਪ ਮੋਟੀ ਲੋਣੀ ਚਾਹੀਦੀ ਹੈ ਕਿਉਂਕਿ ਇਹ ਤੇਲ ਜਿੰਨਾ ਆਉਣਾ ਉਹ ਨਾਲ ਦੀ ਨਾਲ ਥੱਲੇ ਡਿੱਗਣਾ ਚਾਹੀਦਾ ਜੀ ਉਹਨਾਂ ਨਾਲ ਥੱਲੇ ਡੇਗੇ ਫਿਰ ਉਹ ਟਰਬੋ ਦੇ ਵਿੱਚ ਇਕੱਠਾ ਹੋ ਜਾਂਦਾ ਟਰਬੋ ਤੇਲ ਮਾਰਨ ਲੱਗ ਜਾਂਦੀ ਜਦੀ ਤੇ ਹੁਣ ਤੇ ਹੁਣ ਆਪਾਂ ਤੁਹਾਨੂੰ ਇੱਧਰ ਦਿਖਾ ਦਿੰਨੇ ਆ ਵੀ ਸਪਲਾਈ ਆਪਾਂ ਕਿੱਥੋਂ ਲਈ ਆ ਤੇ ਕਿੱਥੋਂ ਕਿੱਥੇ ਆਪਾਂ ਵਾਪਸੀ ਦੀ ਛੱਟੀ ਆ ਠੀਕ ਹੈ ਜੀ ਤੇ ਹੁਣ ਜਿਹੜੀ ਆ ਤੁਹਾਨੂੰ ਦੱਸਿਆ ਜੀ ਫੋਰਡ ਵਾਲੀ ਪੈਪ ਆ ਜਿੱਥੋਂ ਆਪਾਂ ਨੂੰ ਸਪਲਾਈ ਦੇਣੀ ਪਹਿਲਾਂ ਮੈਂ ਇੱਥੇ ਸਪਲਾਈ ਦੇਤੀ ਸੀ ਜਿੱਥੇ ਟੈਪ ਟਾਊਨ ਜਾਂਦੀ ਆ ਫੇਰ ਉਹ ਜੀਐਸ ਵਾਲਾ ਵੀਰ ਕਹਿੰਦਾ ਵੀ ਇੱਥੇ ਨਹੀਂ ਦੇਣੀ ਹੈਗੀ ਸਪਲਾਈ ਇਹ ਆਪਾਂ ਸਪਲਾਈ ਦੇਣੀ ਆ ਇੱਥੇ ਠੀਕ ਆ ਇੱਥੇ ਆ ਗੇਜ ਲੱਗੀ ਹੁੰਦੀ ਹੈ ਜੀ ਇਹ ਆਪਾਂ ਗੇਜ ਮਤਲਬ ਲਾ ਦੇਣੀ ਆ ਖੋਲ ਲੈਣੀ ਆ ਨਟ ਜੇ ਲੱਗਿਆ ਹੁੰਦਾ ਘੁੱਚੂ ਜਿਹਾ ਤੇ ਉਦੋਂ ਆਪਾਂ 14 ਨੰਬਰ ਦੀ ਪੀ ਲੈ ਕੇ ਇਹਦੇ ਨਾਲ ਗੈਸ ਵੈਲਡਿੰਗ ਕਰ ਦੇਣੀ ਆ ਉਦੋਂ ਵਜਾ ਆਪਾਂ ਨੂੰ ਗੇਜ ਮਿਲ ਜਾਂਦੀ ਹੈ ਬਾਜ਼ਾਰ ਚੋਂ ਇਹਦੇ ਕਹਾਣਾ ਇੰਨਾ ਸਾਰਾ ਨਟ ਬੱਲੰਗ ਕਰਿਆ ਹੁੰਦਾ ਤੇ ਉਹ ਆਪਾਂ ਕੱਸ ਦੇਣੀ ਆ ਉਦੋਂ ਆ ਇਹਦੇ ਵਿੱਚ ਸਰਾਖ ਹੁੰਦਾ ਵਿਚਾਲੇ ਫਿਰ ਆਪਾਂ ਆਹ ਚੀਜ਼ ਦੇ ਉੱਪਰ ਕਸ ਦੇਣੀ ਹੈ ਠੀਕ ਹੈ ਜੀ ਤੇ ਬਾਕੀ ਇਹ ਜੋ ਤੇਲ ਦੀ ਸਪਲਾਈ ਪੂਰੀ ਆਉਣ ਲੱਗ ਜਾਂਦੀ ਹੈ ਤੇ ਜਿਹੜੀ ਆਹ ਪਾਪਾ ਉਧਰ ਬਾਅਦਸੀ ਵਾਲੀ ਆ ਇਹ ਆਪਾਂ ਨੂੰ ਇਹ ਇੰਨੀ ਮੋਟੀ ਲਾਉਣੀ ਚਾਹੀਦੀ ਆ ਜਿੰਨੀ ਕ ਮਤਲਬ ਉਸ ਨੂੰ ਦੱਸ ਦੇਣਾ ਆਈਡੀ ਜਿੰਨੀ ਕ ਸਵਰਾਜ ਨੂੰ ਆ ਆਉਂਦੀ ਆ ਜਿੰਨੀ ਕ ਆਪਾਂ ਲਗੀਆਂ ਨੇ ਇਹ ਇਹਦੇ ਜਿੰਨੀ ਪੈਪ ਚੰਨੀ ਚਾਹੀਦੀ ਹੁੰਦੀ ਆ ਮੋਟੀ ਕਿਉਂਕਿ ਜੇ ਆਪਾਂ ਬਰੀਕ ਲਾਉਨੇ ਤਾਂ ਫਿਰ ਉਹ ਤੇਲ ਉਹਨਾਂ ਡੈਗਦਾ ਨਹੀਂ ਹੈਗਾ ਟਰਬੋ ਵਿੱਚ ਇਕੱਠਾ ਹੋਈ ਜਾਂਦਾ ਤੇਲ ਨਾਲ ਦੀ ਨਾਲ ਟਰਬੋ ਤੇਲ ਮਾਰ ਜਾਂਦੀ ਹੈ ਤੇ ਟਰਬੋ ਹੋ ਜਾਂਦੀ ਹੈ ਖਰਾਬ ਤੇ ਉਹਰੇ ਆਪਾਂ ਡੈਗਦਾ ਕਰ ਸਕਦੇ ਆ ਉਰੇ ਮੈਂ ਬੈਲਡਿੰਗ ਕਰਤਾ ਸੀਗਾ ਮੈਨੂੰ ਨਟ ਮਿਲਿਆ ਨਹੀਂ ਸੀਗਾ ਨਟ ਮੈਂ ਲਿਆਂਦਾ ਪਿਆ ਉਹ ਮੈਂ ਇੱਕ ਦਿਨ ਚ ਮੈਂ ਬਸ ਫਿੱਟ ਕਰ ਦੇਣਾ ਤੁਹਾਨੂੰ ਵਿੱਚ ਫੋਟੋ ਐਡ ਕਰ ਦੂੰ ਵੀ ਆਪਾਂ ਕਿਵੇਂ ਫਿੱਟ ਕਰਨਾ ਉਹ ਤੁਸੀਂ ਉਵੇਂ ਕਰ ਸਕਦੇ ਹੋ ਉਰੇ ਚੂੜੀ ਪਹਿਜੂਗੀ ਚੂੜੀ ਪਹਿਣਦੇ ਬਾਅਦ ਆਪਾਂ ਉਹ ਨਟ ਮੈਲ ਜੂ ਤੁਹਾਨੂੰ ਤੁਸੀਂ ਵਿੱਚ ਦੇਖਦੀ ਹੋਵੋਗੇ ਫੋਟੋ ਲੱਗੀ ਉੱਪਰ ਉਹ ਪੈਸਰੋਡ ਕੱਸ ਦਾਂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਟਰਬੋ ਦਾ ਮੈਂ ਦੱਸਦਾ ਵੀ ਕਿਉਂ ਖਰਾਬ ਹੁੰਦੀ ਹੈ ਟਰਬੋ ਤੇ ਕਿਉਂ ਕਿਵੇਂ ਨਹੀਂ ਹੁੰਦੀ ਹੈਗੀ ਠੀਕ ਹੈ ਜੀ ਤੇ ਜਦੋਂ ਹੁਣ ਆਪਾਂ ਨਾ ਟਰੈਕਟਰ ਨੂੰ ਆਪ ਸਟਾਰਟ ਕਰ ਲੈਨੇ ਆ ਸੈਲਫ ਮਾਰਤੀ ਸੈਲਫ ਮਾਰਨ ਤੋਂ ਬਾਅਦ ਆਪਾਂ ਜੇ ਸੈਲਫ ਮਾਰ ਤੋਂ ਬਾਅਦ ਟਰੈਕਟਰ ਸਟਾਰਟ ਹੋਇਆ ਜਿਹਦੀ ਆਪਾਂ ਇਹ ਰੇਸ ਦੇ ਦੇਣ ਲੱਗ ਜਾਨੇ ਆ ਉਹ ਮਾੜੀ ਗੱਲ ਆ ਜੀ ਕਿਉਂਕਿ ਐਵੇਂ ਘੱਟੋ ਘਾਟ ਟਰੈਕਟਰ ਨੂੰ 10 ਜਾਂ 15 ਸਕਿੰਟ ਸਟਾਰਟ ਰਹਿਣ ਦਾ ਕਰੋ ਟਰੈਕਟਰ ਨੂੰ ਕਿਉਂਕਿ ਐਂ ਜਦ ਤੱਕ ਨਾ ਤੇਲ ਦੀ ਸਪਲਾਈ ਹੈ ਜਿਹੜੀ ਇਹ ਸਾਰੀ ਟਰਬੋ ਦੇ ਵਿੱਚ ਤੇਲ ਨਾਲ ਮਤਲਬ ਜਿਹੜੀ ਅੰਦਰ ਲਈ ਰਾੜ ਹੁੰਦੀ ਹੈ ਟਰਬੋ ਦੀ ਉਹ ਭਿੱਜ ਜਾਂਦੀ ਆ ਗਿੱਲੀ ਹੋ ਜਾਂਦੀ ਆ ਤੇਲ ਨਾਲ ਤੇ ਫਿਰ ਐ ਉਹਦੇ ਨਾਲ ਨਾ ਬੋਸ ਨਹੀਂ ਖਰਾਬ ਹੁੰਦੀ ਜਦੋਂ ਹੁਣ ਆਪਾਂ ਨਾਲ ਦੇ ਆ ਰੇਸ ਦੇ ਦਿੰਨੇ ਆ ਉਧਰੋਂ ਬੋਸ ਹੁੰਦਾ ਸੁੱਕੇ ਉਹ ਤੇਲ ਦੀ ਸ ਉਜੇ ਦੀ ਖਰਾਬ ਹੋ ਫਿਰ ਮੁੜ ਕੇ ਖਰਾਬ ਹੋ ਜਾਂਦੀ ਹੈ ਟਰਬੋ ਜੀ ਬਹੁਤ ਸ ਵੱਡੇ ਜਾਂਦੇ ਆ ਤੇ ਉਦੋਂ ਇੱਕ ਐਵੇਂ ਜਦੋਂ ਆਪਾਂ ਟਰੈਕਟਰ ਬੰਦ ਕਰਨਾ ਉਦੋਂ ਇਹ ਗੱਲ ਨਹੀਂ ਹੈਗੀ ਵੀ ਆਪਾਂ ਇਧਰੋਂ ਫੁੱਲਰ ਇਹ ਦੇਤੀ ਫੁੱਲਰ ਜਾਂ ਛੱਡੀ ਨਹੀਂ ਉਦੋਂ ਚੋਕ ਖਿੱਚਤੀ ਉਹ ਗਲਤ ਗੱਲ ਆ ਬਾਹਾਂ ਚਾਹੇ ਰੇਸ ਦੇ ਲੋ ਜਿੰਨੀ ਮਰਜ਼ੀ ਦੇ ਲੋ ਕੋਈ ਚੱਕਰ ਨਹੀਂ ਟਰਬੋ ਨੂੰ ਰੇਸ ਦੇਣ ਤੋਂ ਬਾਅਦ ਹਨਾ ਇਹਨੂੰ ਘਟੋ ਘਟ 15 ਸਕੰਡ ਹਨਾ ਟਰੈਕਟਰ ਨੂੰ ਸਟਾਰਟ ਰਹਿਣ ਦੇਣਾ ਰੇਸ ਦੇਣ ਤੋਂ ਬਾਅਦ ਐ ਹੜਤੀ ਜਿੰਨਾ ਚਿਰ ਟਰੈਕਟਰ ਜਿੰਨੀ ਚੋਕ ਰੇਸ ਆ ਕਿਸੇ ਦੀ 500 ਅਗੇ ਦੀ 400 ਅਗੇ ਦੀ 600 ਆ ਹਣਾ ਚੋਗਰੇਸ਼ ਜਦੋਂ ਉੱਥੇ ਖੜਦਾ ਨਹੀਂ ਟਰੈਕਟਰ 4-5 ਸਕਿੰਟ ਹਣਾ ਉਹਨਾਂ ਦਾ ਬੰਦ ਨਹੀਂ ਕਰਨਾ ਫਿਰ ਤੁਸੀਂ ਬੰਦ ਕਰ ਸਕਦੇ ਹੋ ਫਿਰ ਕੋਈ ਪ੍ਰੋਬਲਮ ਨਹੀਂ ਇਹਦਾ ਚੱਕਰ ਕੀ ਆ ਤੁਹਾਨੂੰ ਦੱਸ ਦਾਂ ਰੇਸ ਦਾ ਕਿਉਂਕਿ ਜਦੋਂ ਆਪਾਂ ਰੇਸ ਦਿੰਨੇ ਆ ਇਹਦੇ ਜਿਹੜੇ ਵਿੱਚ ਫਾਰ ਹੁੰਦੇ ਉਹ ਘੁੰਮੀ ਜਾਂਦੇ ਆ ਉਹ ਲੋਕ ਘੁੰਮੀ ਜਾਂਦੇ ਆ ਆਪਾਂ ਨਾਲ ਦੀ ਨਾਲ ਬੰਦ ਕਰ ਦਿੰਨੇ ਆ ਹਣਾ ਟਰੈਕਟਰ ਦੀ ਸਪਲਾਈ ਆ ਜਿਹੜੀ ਹਣਾ ਉਹ ਤੇਲ ਦੀ ਉਹ ਜਾਣੋ ਬੰਦ ਹੋ ਜਾਂਦੀ ਜਾਂ ਟਰੈਕਟਰ ਹੀ ਬੰਦ ਹੋ ਕੇ ਫਿਰ ਤੇਲ ਦੀ ਸਪਲਾਈ ਵੀ ਬੰਦ ਹੋ ਗਈ ਫਿਰ ਉਹ ਇਕੱਲੇ ਪੱਖੀ ਘੁੰਮੀ ਜਾਂਦੇ ਆ ਠੀਕ ਆ ਉਹ ਵੈਸੇ ਤੇਲ ਦਾ ਹੁੰਦਾ ਹੁੰਦਾ ਟਰਬੋ ਪਰ ਉਹ ਐ ਹੌਲੀ ਹੌਲੀ ਖਰਾਬ ਹੁੰਦੀ 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 ਸਾਲ ਡੇਢ ਸਾਲ ਬਾਅਦ ਉਹ ਖਰਾਬ ਹੋ ਜਾਂਦੀ ਹੈ ਫਿਰ ਟਰਬੋ ਇਹਦੇ ਲਈ ਐ ਵੀ ਆਪਾਂ ਥੋੜਾ ਜਿਹਾ ਇੱਕ ਨਾ ਵੀ ਵਿਚਾਰ ਰੱਖੀ ਟਰਬੋ ਤੋਂ ਬਾਕੀ ਹੋਰ ਟਰਬੋ ਦਾ ਡ੍ਰੈਕਟਰ ਨੂੰ ਕੋਈ ਨੁਕਸਾਨ ਨਹੀਂ ਜੇ ਆਪਾਂ ਐਚ ਪੀ ਦੇ ਹਿਸਾਬ ਨਾਲ ਲਾਈ ਹੋਵੇ ਜਿਵੇਂ ਹੁਣ ਆਈ ਦੀ 50 52 ਐਚ ਪੀ ਡ੍ਰੈਕਟਰ ਆ 855 ਇਹਨੂੰ ਆਪਾਂ 55 ਨੰਬਰ ਹੱਦ ਟਰਬੋ ਲਾ ਸਕਦੇ ਆ ਆਪਾਂ 68 ਨੰਬਰ ਵੀ ਲਾ ਸਕਦੇ ਆ ਕੋਈ ਚੱਕਰ ਨਹੀਂ ਜਿੰਨਾ ਦਾ ਕੋਈ ਜ਼ਿਆਦਾ ਕੰਮ ਦਾ ਜੋਰ ਆ ਉਹ ਆਪਾਂ ਲਾ ਸਕਦੇ ਕਿਉਂਕਿ ਆਪਾਂ ਇਕੱਲਾ ਖੇਤੀ ਨੂੰ ਚਲਾਉਣਾਗਾ ਪਾਉ ਲਾਤੇ ਇੱਕ ਟਾਇਰ ਆਪਣੇ 16 ਦੇ ਪਾਏ ਕਰਕੇ ਉਹ ਵੀ ਟਰੈਕਟਰ ਸਿੰਪਲ ਚੱਲਦਾ ਆਏਗਾ ਠੀਕ ਆ ਆਪਾਂ ਕੱਲੀ ਟਰਬੋ ਤਾਂ ਆਪਾਂ ਨੂੰ ਲਾਉਣੀ ਪਈ 55 ਨਾ ਟਰਬੋ ਤੇ ਟਰੈਕਟਰ ਇਹਦੇ ਨਾਲ ਪੂਰੀ ਵਧੀਆ ਪਰਫਾਰਮੈਂਸ ਦਿਖਾਉਂਦਾਗਾ ਤੇ ਅੱਗੇ ਹੋਰ ਵੀ ਵੀਡੀਓ ਦੇਖਣੀਆਂ ਤੁਸੀਂ ਚੈਨਲ ਤੇ ਜਾ ਸਕਦੇ ਹੋ ਜਿਹੜੀਆਂ ਆਪਣੇ ਸਾਰੀਆਂ ਵੀਡੀਓ ਆਈਆਂ ਵੀ ਇਹਨਾਂ ਨਾਲ ਗਾਹ ਤਵੀਆਂ ਰਚੇ ਕਰਾਂਗੇ ਉਹ ਵੀ ਤੁਸੀਂ ਦੇਖਿਓ ਤੇ ਬਾਕੀ ਆ ਆਪਾਂ ਤੁਸੀਂ ਦੇਖਿਓ ਭੱਟੀ ਸਾਰੀਆਂ ਹੀ ਬਣਵਾ ਕੇ ਆਪਾਂ ਲਾ ਦੇਣੀ ਆ ਠੀਕ ਆ ਤੇ ਕਿਸੇ ਨੇ ਵੀ ਲਾਉਣੀ ਹੈ ਬਣਵਾ ਕੇ ਬੰਦਾ ਲਾ ਸਕਦਾ ਔਰ ਟਿੱਕੀ ਕੱਟ ਕੇ ਲਾ ਸਕਦਾ ਬੰਦਾ ਉਥੋਂ ਪੈ ਪੈ ਲੈ ਆਉਣਾਗਾ ਪੈਪਲੇ ਆ ਕੇ ਔਰ ਟਿੱਕੀ ਕੱਟ ਕੇ ਲਾ ਦੇਣੀ ਆ ਤੇ ਇੱਥੋਂ ਨਾੜ ਗਏ ਜਾਣਾ ਬਾਕੀ ਤੁਹਾਨੂੰ ਉਧਰ ਦੀ ਹੋ ਕੇ ਦਿਖਾ ਦਿੰਨਾ ਮੈਂ ਆਹ ਦੇਖੋ ਜੀ ਇਹਦਾ ਹੁਣ ਮੇਰਾ ਨਾ ਸੀਟੀ ਵਾਲਾ ਜਿਗਾਰਡ ਕਰਿਆ ਪਿਆ ਤਾਂ ਕਰਕੇ ਹਾਲੇ ਸੀਟੀ ਉਹ ਨਹੀਂ ਮਾਰਦਾ ਨਹੀਂਗਾ ਤੇ ਹਾਲੇ ਚੰਗੀ ਤਰ੍ਹਾਂ ਨਾਲ ਕਰਾਂਗੇ ਸੀਟੀ ਵਾਲਾ ਵਲੌਗ ਤੁਹਾਨੂੰ ਅੱਡ ਦਿਖਾਵਾਂਗੇ ਜੇ ਕਿਸੇ ਨੂੰ ਵੀ ਮਤਲਬ ਲਾਉਣਾ ਦਾ ਚਾਂਸ ਇੱਥੋਂ ਛੱਡਾਂ ਲਾਇਆ ਇਤੋਂ ਨਾ ਮੜਾ ਬੈਂਡ ਬੈਂਡ ਵਾਲੋ ਗਿਆ ਆਪ ਨੂੰ ਮਿਲ ਜਾਂਦਾ ਹੈਗਾ ਜਿਵੇਂ ਆ ਚੀਜ਼ ਆ ਉਕਰ ਮਿਲ ਜਾਂਦੀ ਹੈ ਜਾਨੀ 2 ਇੰਚ ਹੀ ਆ ਉਹ 6 ਇੰਚੀ ਪੈਪਲ ਬੋ ਲੈ ਕੇ ਇੱਥੇ ਤੱਕ ਆ ਗਈ ਉਦੋਂ ਦਾ ਸਿੱਧਾ ਪੈਪਲ ਨਾਲ ਕਰਕੇ ਉੱਥੇ ਲਾ ਦੋਵੇ ਥੱਲੇ ਟਿੱਕੀ ਕੱਟ ਕੇ ਗੈਸ ਵੈਲਡਿੰਗ ਨਾਲ ਬਸ ਓਵੇਂ ਦੋਵੇਂ ਇੱਕ ਕਰਿਆ ਜਾਂਦਾ ਹੈ ਲੈਂਸਰ ਜਿਵੇਂ origional fitting ਹੁੰਦੀ ਆ ਸਿਰਫ ਥੋੜਾ ਜਿਹਾ ਲੈਂਸਰ ਜ਼ਰੂਰ 2 ਇੰਚ ਬਾਹਰ ਨੂੰ ਜਾਂਦਾ ਹੈਗਾ ਹੋਰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ ਕਿ ਡਰ ਬੰਦ ਲੈਂਸਰ ਉੱਥੇ ਉੱਥੇ ਆ ਜਾਂਦਾ ਹੈਗਾ ਬਾਕੀ ਹਾਂ ਜਿਹੜੇ ਹੁਣ ਵੀਰ ਭਰਾ ਕਹਿੰਦੇ ਨੇ ਵੀ ਟਰੈਕਟਰ ਗਰਮ ਹੋਣ ਲੱਗ ਜਾਂਦਾ ਹੋ ਕੋਈ ਟਰੈਕਟਰ ਵੀਰੇ ਮੈਂ ਦੇਖਿਆ ਸਾਰਾ ਚੱਲੇ ਕੇ ਫੁੱਲ ਧੱਕਾ ਕਰਕੇ ਦੇਖਿਆ ਮੈਂ ਟਰੈਕਟਰ ਵੀ ਜਾਣਦੀ ਐਵੇਂ ਗਰਮ ਨਹੀਂ ਹੁੰਦਾ ਜਮਾ ਵੀ ਜਦੋਂ ਆਪਾਂ ਟਰਬੋ ਆਪਾਂ ਓਵਰ ਮਤਲਬ ਵੱਡੀ ਵਾਲੀ ਲਾ ਦਿੰਨੇ ਆ ਫਿਰ ਟਰੈਕਟਰ ਗਰਮ ਹੋਣ ਲੱਗ ਜਾਂਦਾ ਆ ਬਲਦਾ ਵੀ ਚਾਂਸ ਨਹੀਂ ਟਰੈਕਟਰ ਗਰਮ ਹੋ ਜਵੇ ਜਾਂ ਜਦੋਂ ਆਪਾਂ ਚੂੜੀ ਤੇਲ ਦੀ ਵਧਾ ਦਿੰਨੇ ਆ ਬਸ ਦੋ ਤਿੰਨ ਚੂੜੀਆਂ ਬਤੇਲ ਦੀਆਂ ਵਧਾ ਦਿੰਨੇ ਆ ਫਿਰ ਆਪਾਂ ਮਤਲਬ ਕਰਦੇ ਫਿਰ ਟਰੈਕਟਰ ਗਰਮ ਹੋਣ ਲੱਗ ਜਾਂਦਾ ਤਿੰਨ ਚੂੜੀਆਂ ਤੇ ਜਿਵੇਂ ਚੂੜੀ ਤੇਲ ਦੀ ਵਧਾਤੀ ਉਹਦੇ ਨਾਲ ਟਰੈਕਟਰ ਨਹੀਂ ਗਰਮ ਹੁੰਦਾ ਤੇ ਬਾਕੀ ਐਵੇਂ ਆ ਪੰਪ ਦੀ ਆਪਾਂ ਹਲੇ ਕੋਈ ਮੋਡੀਫਿਕੇਸ਼ਨ ਨਹੀਂ ਕਰੀ ਹੈਗੀ ਠੀਕ ਆ ਤੇ ਜਸਟ ਪੰਪ ਨੋਰਮਲ ਹੀ ਆ ਸਿਰਫ ਆਪਾਂ ਇਹਦੀ ਅੱਧੀ ਤੋਂ ਵੀ ਅੱਧੀ ਚੂੜੀ ਵਧਾਈ ਬਤੇਲ ਦੀ ਅੱਧੀ ਤੋਂ ਵੀ ਅੱਧੀ ਜਾਂਦੀ ਇੱਕ ਚੌਥਾ ਹਿੱਸਾ ਆਪ ਤੈਲ ਵਧਾਇਆ ਵਾ ਸਿਰਫ ਨਾਮ ਜੀ ਦਾ ਹੀ ਤੇਲ ਵਧਾਇਆ ਵਾ ਤੇ ਬਾਕੀ ਹੋਰ ਆਪਾਂ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਆਪਾਂ ਦੱਸਤੀ ਤੇ ਕਿਸੇ ਵੀਰ ਭਰਾ ਨੇ ਕੋਈ ਵੀ ਡਾਇਰੈਕਟਰ ਬਾਰੇ ਜਾਣਕਾਰੀ ਲੈਣੀ ਹੋਵੇ ਟਰਬੋ ਬਾਰੇ ਜਾਣਕਾਰੀ ਲੈਣੀ ਹੋਵੇ ਪੰਪ ਬਾਰੇ ਜਾਂ ਹੋਰ ਤੇ ਕਹਿਣ ਦਾ ਮਤਲਬ ਮੇਰਾ ਵੀ ਕਿਸੇ ਵੀ ਚੀਜ਼ ਬਾਰੇ ਟਰੈਕਟਰ ਦੇ ਜਿਹੜਾ ਵੀ ਪਾਰਟ ਲੱਗਿਆ ਹੋਵੇ ਆ ਹਨਾ ਤੁਸੀਂ ਮੋਡੀਫਿਕੇਸ਼ਨ ਲਈ ਜਾਂ ਕਾਹੇ ਵੀ ਚੀਜ਼ ਲਈ ਤੁਸੀਂ ਜਾਣਕਾਰੀ ਲੈਣੀ ਆ ਇੰਸਟਾਗ੍ਰam ਮੇਰੀ ਆਈਡੀ ਦਿੱਤੀ ਆ ਉਹ ਤੇ ਜਾ ਕੇ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ ਹੁਣ ਵਿੱਚ ਵੀਰ ਭਰਾ ਕਹਿ ਰਹੇ ਨੇ ਵੀ YouTube ਦੇ ਵੀਡੀਓ ਥੱਲੇ ਵੀ ਵੀਰੇ ਨੰਬਰ ਤਾਂ ਸੈਂਡ ਕਰ ਦਿਓ ਹੁਣ ਐਵੇਂ ਵੀਰੇ ਪਬਲਿਕ ਨੰਬਰ ਨਹੀਂ ਸੈਂਡ ਕੀਤਾ ਜਾ ਸਕਦਾ ਥੱਲੇ ਕਮੈਂਟਾਂ 'ਚ ਤੁਸੀਂ ਇੰਸਟਾਗ੍ਰam ਤੇ ਜਾਓ ਮੈਸੇਜ ਕਰੋ ਮੈਨੂੰ ਤੇ ਮੈਂ ਤੁਹਾਨੂੰ ਉਹ ਨੰਬਰ ਦਊਂਗਾ ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਲੈਣੇ ਤੁਸੀਂ ਪੁੱਛ ਸਕਦੇ ਹੋ ਬਾਕੀ ਟਰੈਕਟਰ ਦੇ ਬਾਰੇ ਤੁਸੀਂ ਇੱਕ ਵਾਰੀ ਰਿਵਿਊ ਤੁਹਾਨੂੰ ਦਿਖਾ ਦਿੰਨੇ ਆ ਸਾਰਾ ਫੀਟਿੰਗ ਬਾਕੀ ਹਲੇ ਧੁੱਤਦਾ ਨਹੀਂ ਹੋਇਆ ਟਰੈਕਟਰ ਚੈਕਿੰਗ ਚੁਕਿੰਗ ਕਰੀ ਗਿਆ ਬਾਕੀ ਦੇਖੋ ਟਰੈਕਟਰ ਕਿਵੇਂ ਲੱਗਿਆ ਕਿਵੇਂ ਨਹੀਂ ਲੱਗਿਆ ਬਾਕੀ ਤੁਹਾਨੂੰ ਕੱਲੀ ਕੱਲੀ ਚੀਜ਼ ਦੀ ਆਪਾਂ ਤੁਹਾਨੂੰ ਵੀਡੀਓ ਦਿੰਦੇ ਰਹਾਂਗੇ ਇਦਾਂ ਹੀ ਚੈਨਲ ਨੂੰ ਆਪਣੇ ਨੂੰ ਲਾਈਕ ਸ਼ੇਅਰ ਕਮੈਂਟ ਕਰ ਲਿਓ ਸਾਰਾ ਜਾਂਦੀ ਆਪਾਂ ओरिजिनल ਤਰੀਕੇ ਨਾਲ ਫੀਟਿੰਗ ਹੋਈ ਵੀ ਆ ਦੇਖੋ ਪੁਰਾਣੀ ਪਤਾ ਲੱਗਦਾ ਵੀ ਟਰਬੋ ਲੱਗੀ ਆ ਜਾਂ ਨਹੀਂ ਲੱਗੀ ਬਾਕੀ ਐਵੇਂ ਹਟਾ ਇੱਥੇ ਨਾ ਆਪਾਂ ਇਹਦੇ ਉਹ ਹੁੰਦਾ ਜਿਹੜਾਗਾ ਪੇਪਰ ਹੁੰਦਾਗਾ ਸਿਲਵਰ ਪੇਪਰ ਆਪਾਂ ਉਹ ਲਾ ਦੇਣਾਗਾ ਵੀ ਇਹ ਕਿਉਂਕਿ ਸ਼ੋਅ ਦੇ ਉੱਪਰ ਨਾਮ ਕੀ ਪ੍ਰੋਬਲਮ ਆਵੇ ਵੀ ਰੰਗ ਨਾ ਖਰਾਬ ਹੋਵੇ ਆਪਾਂ ਲਿਆਗੇ ਸਪੈਸ਼ਲ ਐਡੀਸ਼ਨ ਦੇ ਲੱਗੇ ਹੁੰਦਾਗਾ ਉਹ ਬਾਜ਼ਾਰ ਚੋਂ ਮਿਲ ਜੂ ਤੇ ਉਹ ਆਪਾਂ ਲਿਆਗੇ ਅੱਧੀ ਸ਼ੋਅ ਤੱਕ ਇੰਨੇ 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 ਪਾਰ ਤੇ ਆਪਾਂ ਲਾ ਦੇਣਾ ਵੀ ਐ ਰੰਗ ਨਾ ਖਰਾਬ ਹੋਵੇ ਸ਼ੇਕ ਨਾ ਪਵੇ ਠੀਕ ਆ ਤੇ ਬਾਕੀ ਤੁਸੀਂ ਸਾਰਾ ਵੀਡੀਓ ਦੇਖ ਹੀ ਲਈ ਠੀਕ ਹੈ ਤੇ ਬਾਕੀ ਹੋਰ ਕਹਿਣ ਦਾ ਮਤਲਬ ਮੇਰੇ ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਲੈਣੀ ਹੋਵੇ ਮੈਨੂੰ ਮੈਸੇਜ ਕਰੋ ਇੰਸਟਾਗ੍ਰam ਤੇ ਤੇ ਬਾਕੀ ਚੈਨਲ ਨੂੰ ਆਪਾਂ ਨੂੰ ਕਰ ਲਓ ਸਬਸਕ੍ਰਾਈਬ ਨਿਤ ਨਵੇਂ ਵੀਡੀਓ ਆਉਂਦੀਆਂ ਰਹਿਣਗੀਆਂ ਆਪਣੇ ਟਰੈਕਟਰ ਬਾਰੇ ਸਾਰੇ ਬਾਰੇ ਠੀਕ ਹੈ ਜੀ ਤੇ ਚਲੋ ਠੀਕ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ